ਮੇਰਾ ਨਾਮ ਬਿਮਲਾ ਦੇਵੀ। ਕਿਹੜੀ ਜਗ੍ਹਾ ਤੋਂ? ਅਸੀਂ ਮਹਿਸੂਸਪੁਰ ਤੋਂ ਰਹਿਣ ਵਾਲੇ ਹਾਂ। ਦੱਸ ਕੇ ਪ੍ਰੋਟੈਸਟ ਕਰ ਰਹੇ, ਕਿਆ ਕਰਾਂ ਨੇ, ਕੀ ਮਸਲਾ? ਸਰ ਇਹ ਸਾਡੀ ਮਜਬੂਰੀ ਹੈ ਕਿ ਸਾਡੇ ਇੱਥੇ ਨਲਕੇ ਪਾਣੀ ਸੁੱਕੀ ਦਾ ਅਤੇ ਵਿਚਾਰਿਆਂ ਦੀਆਂ ਕੋਈ ਸਾਡੇ ਵਰਗੇ ਬੰਦੇ ਨੇ ਉਹਦੀਆਂ ਤਾਂ ਮੋਟਰਾਂ ਵਿੱਚ ਕੋਈ ਦੀਆਂ ਨਾ, ਅਤੇ ਉਹਨਾਂ ਨੇ ਪਾਣੀ ਕਿੱਥੋਂ ਪੀਣਾ ਜਿਹੜਾ ਨਲਕੇ ਲੱਗੇ ਨੇ ਉਹ ਸੁੱਕੀ ਹੈ ਨਾ। ਅਤੇ ਸਾਡੇ ਜਿਹੜੇ ਡਿਪਾਰਟਮੈਂਟ ਨੇ ਜਿਹੜੀ ਮੈਡਮ ਹੈ ਜਿਹੜੀ ਅਰਾਧਨਾ ਮੈਡਮ ਹੈ, ਅਤੇ ਉਹਨਾਂ ਨੇ ਸਾਨੂੰ ਬੋਲਿਆ ਕਿ ਅਸੀਂ ਟੈਂਕੀ ਤੁਹਾਨੂੰ ਮੰਗਵਾ ਦਿਆਂਗੇ। ਇੱਕ ਦਿਨ ਉਹ ਟੈਂਕੀ ਆਈ, ਉਹਦੇ ਬਾਅਦ ਕੋਈ ਟੈਂਕੀ ਨਹੀਂ, ਕੋਈ ਕੁਛ ਨਹੀਂ, ਸਾਨੂੰ ਕਿਸੇ ਨੇ ਦੁਬਾਰਾ ਨਹੀਂ ਪੁੱਛਿਆ। ਅਤੇ ਜਿਹੜੇ ਬੱਚੇ ਨੇ ਨਿੱਕੇ ਨਿੱਕੇ ਆਸੇ ਜਿਹਾ ਪਾਣੀ ਕਿੱਥੋਂ ਪੀਣਾ? ਕਿੰਨੀ ਦੇਰ ਹੋਈ ਪਾਣੀ ਦੀ ਸਮੱਸਿਆ? ਇਹ ਪਾਣੀ ਦੀ ਸਮੱਸਿਆ ਲਗਭਗ ਇੱਕ ਮਹੀਨਾ ਹੋ ਗਿਆ ਉਹਨੂੰ। ਇੱਕ ਮਹੀਨੇ ਦਾ ਤੇ ਕੁਦਰੋਂ ਪਾਣੀ ਲੈਣੇ ਫਿਰ ਕਿਵੇਂ ਗੁਜ਼ਾਰਾ? ਸਰ ਇੱਕ ਕਿਸੇ ਨਾ ਕੋਈ ਮੋਟਰ ਲਾਈ ਦੀ ਆ ਅਤੇ ਉਹਦੇ ਘਰੋਂ ਭਰ ਲੈਂਦੇ ਹਾਂ, ਅਤੇ ਉਹ ਕੋਈ ਹਫ਼ਤਾ ਪਾ ਰਹੇ ਜਾਵਾਂ 10-12 ਦਿਨ ਉਹ ਪਾਣੀ ਵਿੱਚ ਚਲੇ ਕਰਦਾ। ਅਤੇ ਨਿੱਕੇ ਨਿੱਕੇ ਬੱਚੇ ਆ ਨਾ, ਇਹਨੇ ਕਿੱਥੇ ਜਾਣਾ? ਨਹਾਉਣਾ ਧੋਣਾ ਵੀ ਆਇਆ, ਕੱਪੜੇ ਵੀ ਧੋਣੇ ਨਾ, ਕਿੱਥੇ ਜਾਈਏ ਅਸੀਂ? ਹੁਣ ਦਰਿਆ ਤੋਂ ਦੂਰ ਜਾ ਨਹੀਂ ਸਕਦੇ, ਉੱਥੇ ਕਰੈਸ਼ਨਾਂ ਲੱਗੀ ਦੀਆਂ ਨਾ, ਕਿੰਨਾ ਫੈਕਟਰੀਆਂ ਬਣਿਆ ਕਰਦੀਆਂ ਨਾ, ਅਸੀਂ ਥੋੜ੍ਹੀ ਜਾ ਸਕਦੇ ਉੱਥੇ ਕੱਪੜੇ ਧੋਣ। ਇਹੋ ਸਾਡੀ ਸਮੱਸਿਆ ਇੱਕ। ਰਾਜੇ ਪਿੰਡ ਪੰਚਾਇਤ ਦਾ ਜਰਾਈ ਦਾ ਰਹਾਉਣੇ ਵਾਲੇ ਹਾਂ, ਪਿੰਡ ਮਸੂਰਪੁਰ ਵਾਰਡ ਨੰਬਰ 1 ਹੈ। ਅਸੀਂ ਮੀਡੀਆ ਦੀ ਤਰਫ ਸੇ ਬੋਲਣਾ ਚਾਹੁੰਦੇ ਹਾਂ ਵੀ ਸਾਨੂੰ ਸਾਡਾ ਜਿਹੜਾ ਪਿੰਡ ਮਕਸੂਸਪੁਰ ਹੈ, ਇਹ ਕੋਈ ਕਾਗਜ਼ ਪੱਤਰ ਲਿਖਣੇ ਪੜ੍ਹਨ 'ਚ ਕੋਈ ਨਹੀਂ ਹੈ। ਕੋਈ ਵੀ ਜਿਹੜੀ ਸਾਡੀ ਕੋਈ ਗਾਂਟ ਆਉਂਦੀ ਆ ਜਾਂ ਕੋਈ ਵੀ ਜਿਹੜੀ ਸਾਡੀਆਂ ਕੋਈ ਵੀ ਸਮੱਸਿਆ ਨਾ, ਸਾਡੀ ਕੋਈ ਹੱਲ ਨਹੀਂ ਕਰਦਾ। ਕੋਈ ਸਮੱਸਿਆ ਸਾਨੂੰ ਕੋਈ ਨਹੀਂ, ਸਾਨੂੰ ਅੱਜ ਤੱਕ ਸੋਲਰ ਲਾਈਟਾਂ ਮਿਲੀਆਂ, ਨਹੀਂ ਸਾਨੂੰ ਡਿਸਟਰਬਿਨ ਮਿਲਿਆ, ਨਹੀਂ ਸਾਡੇ ਕੋਈ ਜਿਹੜੇ ਮਾਏ ਫਲਸ ਬਾਥਰੂਮ ਨਹੀਂ ਅੱਜ ਤੱਕ, ਉਹ ਨਹੀਂ ਕੂਲਰ ਨਾਲੇ ਕੋਈ ਸਾਨੂੰ ਕੋਈ ਚੀਜ਼, ਹੈਂਡ ਪੰਪ ਸਾਡੇ ਤੱਕ ਸਾਡੇ ਨਹੀਂ, ਹੈਂਡ ਪੰਪ ਹੈ ਕੋਈ ਚੀਜ਼ ਸਾਨੂੰ, ਕੋਈ ਡਿਵੈਲਪਮੈਂਟ ਕੋਈ ਸਰਕਾਰ ਦੀ ਤਰਫ ਕੋਈ ਨਹੀਂ ਮਿਲੀ ਹੈ। ਕਿਉਂ ਕਾਗਜ਼ ਪੱਤਰੇ ਮਹਿਸੂਸਪੁਰ ਪਿੰਡ ਕੋਈ ਨਹੀਂ ਹੈ, ਇਹਦਾ ਕੋਈ ਗ੍ਰਾਂਟ ਨਹੀਂ ਆਉਂਦੀ, ਕੋਈ ਇਹਦੇ ਕੋਟਾ, ਕੋਈ ਕੋਟਾ ਨਹੀਂ ਹੈ। ਉਹ ਸਾਡੇ ਕੋਟੇ ਮਹਿਸੂਸਪੁਰ ਦੇ ਜਿਹੜੇ ਨਾ, ਉਹ ਕੋਟੇ ਕਿੱਥੇ ਜਾਂਦੇ ਨੇ? ਅਸੀਂ ਸਰਕਾਰ ਅੱਗੇ ਇਹ ਪੁੱਛਣਾ ਚਾਹੁੰਦੇ ਹਾਂ ਵੀ ਸਾਡੇ ਕੋਟੇ ਕਿੱਥੇ ਜਾਂਦੇ ਨੇ? ਸਾਨੂੰ ਅੱਜ ਤੱਕ ਕੋਈ ਸਰਕਾਰ ਵੱਲੋਂ ਕੋਈ ਸੁਵਿਧਾ ਨਹੀਂ ਮਿਲੀ ਹੈ, ਕੋਈ ਸਾਨੂੰ ਕੁਛ ਨਹੀਂ ਮਿਲਿਆ। ਸਰਕਾਰ ਦੁਆਰਾ ਇੱਕ ਜਲ ਜੀਵਨ ਮਿਸ਼ਨ ਚਲਾਇਆ ਦਾ, ਹਰ ਘਰ ਜਲ ਨਲ, ਹਾਂਜੀ, ਅੱਜ ਤੱਕ ਕੁਛ ਨਹੀਂ ਮਹਾਰਾਜ, ਪਾਈਪਾਂ ਵਸਾਈ ਜਿਹੜੀ ਵੀ ਅੱਧੀਆਂ ਵਿਛੀਦੀਆਂ, ਅੱਧੀਆਂ ਨਹੀਂ ਵਿਛੀਦੀਆਂ, ਅਜੇ ਕਨੈਕਸ਼ਨ ਨਹੀਂ ਮਿਲੇ, ਹੈਂਡ ਪੰਪ ਨਹੀਂ ਲੱਗੇ ਉੱਧਰ, ਅੱਗੇ ਦਰਿਆ ਦੇ ਵਿੱਚ ਜਿਹੜੇ 50-50 ਫੁੱਟ ਡੂੰਘਾ ਜਿਹੜਾ ਮਾਲ ਪੁੱਟੀ ਕਰੀ ਦਾ, ਜਿਹੜੇ ਮਾੜੇ ਮੋਟੇ ਸਾਡੇ ਨਲਕੇ 2-3 ਮਹੀਨੇ ਚੱਲਦੇ ਇਹ, ਉਹ ਵੀ ਅੱਜ ਕੱਲ੍ਹ ਸੁੱਕੀ ਗਏ ਨਾ। ਪਾਣੀ ਦੀ ਬਹੁਤ ਸਮੱਸਿਆ ਆ। ਇੱਕ ਬੋਰ ਹੈ ਪਿੰਡ ਦੇ ਵਿੱਚ, ਇੱਕ ਬੋਰ ਹੈ ਕੁਹਾੜਾ ਕਿਰਾਏ ਦਾ, ਅਤੇ ਬਸ ਉੱਥੋਂ ਦਾ ਲੋਕ ਪਾਣੀ ਭਰਦੇ ਨੇ, ਉਹ ਪਾਣੀ ਬਾਲਟੀਆਂ ਭਰੀ ਭਰੀ, ਇਹ ਖਾਲੀ ਬਾਲਟੀਆਂ ਦੇਖ ਲਓ ਮਹਾਰਾਜ, ਹੈਂ, ਇਹ ਹੁਣ ਬਿਲਕੁਲ ਭਾਂਡੇ ਖਾਲੀ ਨੇ। ਹੁਣ ਲੋਕਾਂ ਸ਼ਾਮੀ ਰੋਟੀ ਵੀ ਬਣਾਉਣੀ ਹੈ, ਨਹਾਉਣਾ ਧੋਣਾ, ਬੰਦੇ ਬਾਹਰ ਇੱਕ ਦਿਹਾੜੀ ਲਾਉਣ ਗਏ ਦੇਣਾ, ਉਹਨੇ ਪਾਣੀ ਵੀ ਪੀਣਾ ਆ, ਰੋਟੀ ਵੀ ਬਣਾਉਣੀ ਹੈ, ਨਹਾਉਣਾ ਵੀ ਆ, ਕਿੱਥੋਂ ਕਰਨਾ? ਅਸੀਂ ਤਾਂ ਆਖਦੇ ਵੀ ਸਰਕਾਰ ਸਾਨੂੰ ਉਹ ਟਿਊਬਵੈੱਲ ਦਾ ਪਾਣੀ ਨਹੀਂ ਆਪਦਾ, ਸਾਨੂੰ ਇੱਕ ਹੈਂਡ ਪੰਪ ਕੇ ਮਨਜ਼ੂਰ ਕਰਾਈਏ, ਸਾਨੂੰ ਇੱਕ ਹੈਂਡ ਪੰਪ ਦੇ ਦਿਆ ਤਾਂ ਅਸੀਂ ਹੋਰਨੇ ਦੇ ਪਾਣੀ ਦਾ ਘੁੱਟ ਤਾਂ ਪੀ ਸਕੀਏ। ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ, ਅਤੇ ਬਾਕੀ ਵੀ ਸਾਨੂੰ ਹੋਰ ਵੀ ਸਰਕਾਰ ਵੱਲੋਂ ਕੋਈ ਸੁਵਿਧਾ ਹੋਣੀ ਚਾਹੀਦੀ ਹੈ ਨਾ। ਅਤੇ ਇਹੋ ਬੇਨਤੀ ਹੈ ਤੁਹਾਡੇ ਅੱਗੇ, ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਨਾ, ਅਤੇ ਸਰਕਾਰ ਤੱਕ ਪਹੁੰਚਾਓ, ਅਤੇ ਸਾਨੂੰ ਕੋਈ ਸਰਕਾਰ ਵੱਲੋਂ ਕੁਛ ਫਾਇਦਾ ਹੋਣਾ ਚਾਹੀਦਾ ਆ। ਮੇਰਾ ਨਾਮ ਰਣਜੀਤ ਰਾਜ ਹੈ, ਅਸੀਂ ਮਹਿਸੂਸਪੁਰ ਦੇ ਰਹਿਣੇ ਵਾਲੇ ਹਾਂ। ਥੋੜ੍ਹਾ ਜਿਹਾ ਕੈਮਰਾ ਕਿ ਸੜਕ ਵਾਲੇ ਪਾਸੇ ਮਾਰਿਓ, ਦੇਖੋ ਕੈਮਰਾ, ਸਾਡੀ ਸੜਕ ਕਿੰਨੀ ਟੁੱਟੀ ਦੀ ਹੈ, ਬੁਰਾ ਹੀ ਹਾਲ ਹੈ। ਸਾਡੇ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਹੈ ਦੇਖਣ ਵਾਸਤੇ, ਪਾਣੀ ਦੀ ਸਮੱਸਿਆ, ਸੜਕ ਦੀ ਸਮੱਸਿਆ, ਇੰਨਾ ਬੁਰਾ ਵਾਲਾ ਸੜਕ ਦਾ। ਸਾਡੇ ਪਿੱਛੇ ਟੈਂਕੀਆਂ ਆਈਆਂ, 50 ਟੈਂਕੀਆਂ ਆਈਆਂ, ਟਰੱਕ ਭਰੀਆਂ ਟੈਂਕੀਆਂ ਆਈਆਂ। ਜਿਹੜਾ ਸਾਡੇ ਵਾਰਡ ਦਾ ਮੈਂਬਰ ਆ ਕੇਵਲ ਸਿੰਘ,
ਉਹ ਸਾਰੀਆਂ ਟੈਂਕੀਆਂ ਉਹਨੂੰ ਜਰਾਈ ਵੰਡੀਆਂ ਔਰ ਵੰਡੀਆਂ ਵੀ ਉਹਨੇ ਜਿਹੜੇ ਸੌਖੇ ਸੌਖੇ ਘਰ ਸੀ। ਕਿਹੜੀਆਂ ਟੈਂਕੀਆਂ? ਪਾਣੀ ਵਾਲੀ ਟੈਂਕੀਆਂ, ਪਾਣੀ ਵਾਲੀ ਟੈਂਕੀਆਂ। ਹਾਂਜੀ, ਕਿਆ ਗਰੀਬ ਲੋਕ ਪਾਣੀਆਂ ਨਹੀਂ ਪੀਂਦੇ? ਗਰੀਬ ਲੋਕ ਨਹੀਂ ਜੀਂਦੇ ਇੱਥੇ? ਅਮੀਰੇ ਲੋਕਾਂ ਦੀ ਟੈਂਕੀਆਂ ਦਿੱਤੀਆਂ, ਗਰੀਬੇ ਨਹੀਂ ਦੇਣੀਆਂ। ਸਾਡੀ ਵਾਰਡ ਦਾ ਮੈਂਬਰ ਅਤੇ ਸਾਡੀ ਵਾਰਡ ਗੀ ਪਾਣੀ ਨਹੀਂ, ਸਾਡੀ ਵਾਰਡ ਗੀ ਟੈਂਕੀ ਨਹੀਂ, ਉਹ ਕਿੱਥੇ ਗਈਆਂ? ਲਾਈਟਾਂ ਸੋਲਰ ਸਿਸਟਮ ਵਾਲੀਆਂ ਸਾਨੂੰ ਨਹੀਂ ਦਿੱਤੀਆਂ, ਠੀਕ ਆ, ਉਹ ਵੀ ਸਾਰੀਆਂ ਆਪਣੇ ਆਪਣੇ ਘਰਾਂ ਲਾ ਲਈਆਂ। ਸੋਲਰ ਸਿਸਟਮ ਕਿੱਥੇ ਗਏ ਉਹ? ਡਸਟਬੀਨ ਇੱਥੇ ਕੋਈ ਨਹੀਂ। ਦੇਖੋ ਨਾਲੀਆਂ ਜਿਹੜੀਆਂ ਸਾਰੀਆਂ ਅਤੇ ਲੋਕਾਂ ਦੇ ਘਰੇ ਜਾਣੇ ਪਾਣੀ ਨਹੀਂ ਹੈ, ਜਿਹੜਾ ਘਰੇ ਦਾ ਪਾਣੀ ਆਉਂਦਾ ਨਾਲੀਆਂ ਜਾਣਾ ਨਾ, ਇੱਥੇ ਨਾਲੀ ਕੋਈ ਨਹੀਂ, ਸੜਕਾਂ 'ਚ ਪਾਣੀ ਆਉਂਦਾ ਲੋਕਾਂ ਦੇ। ਸਾਡਾ ਇੱਕ ਸ਼ਮਸ਼ਾਨ ਘਾਟ ਹੈ, ਇਹਨੇ ਮਿੰਬਰਿਆਂ ਸਰਪੰਚ ਸ਼ਮਸ਼ਾਨ ਘਾਟ ਵੀ ਨਹੀਂ ਛੱਡਿਆ, ਉਹ ਵੀ ਖਾਈ ਰਿਹਾ ਨੇ। ਇਹਦੇ ਕੋਲ ਵੱਡਾ ਨੇ ਕੀ ਕਰਨਾ? ਔਰ ਅਸੀਂ ਅੱਜ ਦੁਖੀ ਹੀ ਬੋਲਣ ਆ ਇਹਨੇ ਮੈਂਬਰ ਸਰਪੰਚ ਪਰ, ਵੀ ਇਹਨੇ ਸਾਡਾ ਛੱਡਿਆ ਕੱਖ ਨਹੀਂ ਹੈ। ਸਾਡੇ ਇਹਦੀ ਇੱਕ ਲਿਸਟ ਕਢਾਈ ਜਾਏ ਕਿ ਜਿਹੜਾ ਸਾਡਾ ਪੰਜਾਬ ਦਾ ਸਾਡਾ ਮਸ਼ਹੂਰਪੁਰ ਦਾ ਪੈਸਾ ਆਉਂਦਾ ਉਹ ਕਿੱਥੇ ਜਾਂਦਾ? ਉਹ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਕੋਈ ਕੰਮ ਨਹੀਂ ਹੋਇਆ, 5 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ, ਵੀ 5.5 ਸਾਲ ਦੇ ਵਿੱਚ ਇੰਨਾ ਪੈਸਾ ਕਿੱਥੇ ਗਿਆ? ਉਹ ਸਾਨੂੰ ਕੁਛ ਨਹੀਂ ਮਿਲਿਆ ਅੱਜ ਤੱਕ। ਇਹਨੇ ਮੈਂਬਰ ਸਰਪੰਚ ਰਿਪੋਰਟ ਲਿਖਾਓ, ਠੀਕ ਹੈ। ਮੈਂ DC ਅੱਗੇ ਰਿਕੁਐਸਟ ਕਰਨਾ, ਹੱਥ ਜੋੜੀ ਬੇਨਤੀ ਕਰਨਾ ਕਿ ਇੱਕ ਵਾਰੀ ਆਈਏ ਸਾਡੇ ਪਿੰਡ ਮਖਸੂਸਪੁਰ, ਆਈਏ ਚੱਕਰ ਲਾਉਣ ਔਰ ਆਪਣੀ ਅੱਖੀ ਦੇਖਣ ਆਈਏ ਵੀ ਸਾਡੇ ਪਿੰਡ 'ਚ ਕੀ ਕੰਮ ਹੋਇਆ। ਮੈਂ ਆਪਣੇ ਮੂੰਹ ਨਹੀਂ ਆਖਦਾ, ਹੋ ਸਕਦਾ ਮੈਂ ਝੂਠ ਮਾਰਦਾ ਵਾਂ, ਆਪਣੀ ਅੱਖੀ ਆਈਏ। DC ਸਾਹਿਬ ਹੱਥ ਜੋੜੀ ਬੇਨਤੀ ਆ, ਇੱਕ ਵਾਰੀ ਜ਼ਰੂਰ ਸਾਡੇ ਪਿੰਡ ਆਉਣ ਔਰ ਸ਼ਮਸ਼ਾਨ ਘਾਟ ਆਈਏ, ਦੇਖਣੇ ਉੱਥੇ ਕਿੰਨੀ ਮਿੱਟੀ 'ਚ ਕੋਈ ਆ, 6-6 ਫੁੱਟ ਡੂੰਘਾ ਸ਼ਮਸ਼ਾਨ ਘਾਟ 'ਚ ਕੋਈ ਆ ਸਾਡਾ, ਕਿੱਥੇ ਗਿਆ ਉਹ? ਇਹਨੇ ਮੈਂਬਰ ਸਰਪੰਚ ਗਲਤੀ ਕਰਨਾ, ਇਹ ਕਮਾਈਆਂ ਖਾਦੇ ਸਾਰੀ ਰਾਹ ਟਰੱਕ ਚੱਲਦੇ ਰਹਿੰਦੇ ਔਰ ਉੱਥੋਂ ਆ ਫਿਲਟਰ ਸਾਰਾ 'ਚ ਕੋਈ ਆ, ਅੱਧਾ ਸ਼ਮਸ਼ਾਨ ਘਾਟ 'ਚ ਕੋਈ ਆ। ਹਿੰਦੂ ਧਰਮ ਹੁੰਦੇ ਹੋਈਏ ਵੀ ਸ਼ਮਸ਼ਾਨ ਘਾਟ ਇਹਨੇ ਛੱਡਿਆ ਨਹੀਂ ਹੈ ਆਪਣਾ, ਇਹਦੀ ਕਿੱਥੇ ਗਲਤੀ ਹੋਣੀ ਹੈ? ਕੰਚਨ ਦੇਵੀ, ਮੈਂ ਜਰਾਈ ਪੰਚਾਇਤ ਸੇ ਹੂੰ, ਗਾਓਂ ਮਖਸੂਸਪੁਰ ਹੈ ਹਮਾਰਾ। ਤੋ ਹਮੇ DC ਸਾਹਿਬ ਸੇ ਯੇ ਰਿਕੁਐਸਟ ਕੀ ਜਾਏ ਕਿ ਜੋ ਹੈਡਪੰਪ ਆਤੇ ਹੈ ਹਮਾਰੇ ਤੋ ਵੋ ਕਹਾਂ ਕਹਾਂ ਲਗਾਇਆ ਮੈਂਬਰ ਸਾਹਿਬ ਨੇ, ਔਰ ਹਮ ਉਨਸੇ ਇੱਕ ਹੀ ਬੇਨਤੀ ਕਰਤੇ ਹੈ ਕਿ ਹਮਾਰੇ ਜਹਾਂ ਮਖਸੂਸਪੁਰ ਆ ਕੇ ਨਾ ਇਨਕੁਆਇਰੀ ਕੀ ਜਾਏ। ਥੈਂਕ ਯੂ। ਜੈ ਭਾਰਤ। ਮਾਇਆ ਦੇਵੀ, ਪਿੰਡ ਮਖਸੂਸਪੁਰ ਦਾ, ਕਰਾਂ ਸਾਡੀ ਬੱਤੀ ਦਾ ਬਿੱਲ 800-800 ਰੁਪਇਆ ਮਹੀਨੇ ਦਾ ਇੱਕ ਦਾ ਆਉਂਦੇ ਦਾ, ਹੈਂ ਗਰੀਬ ਬੰਦੇ ਨੇ ਕਿੱਥੋਂ ਦੇਣਾ? ਕੋਈ ਮਸ਼ੀਨਾਂ ਤਾਂ ਇੱਥੇ ਲਾ ਦੀਆਂ ਨਹੀਂ ਹੈ, ਅਤੇ ਕਿੱਥੋਂ ਦੇਣੇ ਹੈ ਇੰਨੇ ਇੰਨੇ ਬਿੱਲ? ਅਤੇ ਜਾਈਏ ਆਈਏ ਉਹਨੇ ਆਖੀਏ ਇੱਥੇ ਦਿਖੀ ਆਉਣ, ਆਈਏ ਘਰ ਘਰ ਆਈਏ ਫਿਰੀਏ ਦਿਖੀ ਆਉਣ ਵੀ ਕਿੰਨੇ ਕਰੇ ਮਸ਼ੀਨਾਂ ਨੇ ਇੱਥੇ ਲਾ ਦੀਆਂ, ਵੀ ਜਿਹੜੇ ਇੰਨੇ ਇੰਨੇ ਬਿੱਲ ਬੱਤੀ ਦੇ ਸਾਨੂੰ ਦੇਣ ਨਹੀਂ ਦੇ ਦਿਓ, ਬੱਤੀ ਸਾਨੂੰ ਦੇਣ ਨਹੀਂ ਦੇ ਦੇ। ਇੱਕ ਵਾਰ ਦਿਹਾੜੀ ਇੱਕ ਵਾਰੀ ਆਉਂਦੀ ਹੈ ਅਤੇ 6 ਵਜੇ ਤਾਂ ਮੁੜੀ ਮੁੜੀ 8-9 ਵਜੇ ਕਹਿੰਦੇ ਬਾਅਦ 'ਚ ਬੱਤੀ ਨਹੀਂ ਆਉਂਦੀ ਉਹ।